ਕਿ ਸਟੇਟ ਨੂੰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਤੇ ਇਹ ਬੰਦ ਨਹੀਂ ਹੋਣ ਦਿੱਤੇ ਜਾਣਗੇ ਤੇ ਜਿਹਨੇ ਸੰਤਾਂ ਦੇ ਪੋਰਟਰੇਟ ਜਾਂ ਸੰਤਾਂ ਦੇ ਪੁਤਲੇ ਸਾੜਨ ਦੀ ਗੱਲ ਕੀਤੀ ਉਹਨਾਂ ਨੂੰ ਬਹੁਤ ਸਖ਼ਤ ਸਜ਼ਾਵਾਂ ਮਿਲਣਗੀਆਂ ਤੇ ਅਸੀਂ ਅਕਾਲ ਤਖ਼ਤ ਤੇ SGPC ਤੇ ਹੋਰ ਸਾਰੀਆਂ ਸਿੱਖ ਸੰਸਥਾਵਾਂ ਤੇ ਸਿੱਖ ਬੁੱਧੀਜੀਵੀ ਸਭ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਇਸ਼ੂ ਨੂੰ ਬਹੁਤ ਸੀਰੀਅਸਲੀ ਲੈਣ ਤੇ ਆਪਣਾ ਜਿਹੜੀ ਚੁੱਪ ਤੋੜਨ ਸਾਰੀਆਂ ਸਿੱਖ ਸੰਸਥਾਵਾਂ ਸਿੱਖ ਇੰਟਲੈਕਚੁਅਲ ਹੋਰ ਸਭ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਇਹ ਚੁੱਪ ਤੋੜਨ ਜੇ ਇਹਨਾਂ ਨੇ ਇਹ ਜੇ ਜਾਰੀ ਰੱਖਿਆ ਤੇ ਅਸੀਂ ਅਕਾਲ ਤਖ਼ਤ ਤੋਂ ਡਿਮਾਂਡ ਕਰਾਂਗੇ ਜਿਹੜੇ ਇੱਥੇ ਫਾਦਰ ਆਫ ਦੀ ਨੇਸ਼ਨ ਦੇ ਖਿਤਾਬ ਦਿੱਤੇ ਜਾਂਦੇ ਆ ਚਾਚੇ ਦੇ ਖਿਤਾਬ ਦਿੱਤੇ ਜਾਂ ਹੋਰ ਦਿੱਤੇ ਜਾਣ ਉਹ ਵਾਪਸ ਲੈ ਜਾਣ ਸਿੱਖਾਂ ਦਾ ਉਸ ਚੀਜ਼ ਦਾ ਕੋਈ ਮਤਲਬ ਨਹੀਂ ਗਾ ਹਾਂਜੀ ਬਿਲਕੁਲ ਜੀ ਇਹ ਸਾਡੇ ਤੇ ਡਾਇਰੈਕਟ ਅਟੈਕ ਆ ਸਿੱਧਾ ਅਟੈਕ ਆ 84 ਵਰਗਾ ਅਟੈਕ ਆ ਗੱਲ ਕਹਿ ਦੇਣੀ ਕਿ ਪੋਰਟਰੇਟ ਅਸੀਂ ਇੱਥੋਂ ਲਾਵਾਂਗੇ ਗੱਲ ਤਾਂ ਕੀਤੀ ਜਾਂਦੀ ਕਿ ਭੁੱਲ ਜਾਓ ਇਹ ਤਾਂ ਸਿੱਧਾ ਦੁਬਾਰਾ ਕਿਸ ਤਰ੍ਹਾਂ ਦੀ ਸਾਈਕੋਲੋਜੀ ਹੈ ਇਹ ਬਿਲਕੁਲ ਹੱਦਾਂ ਕ੍ਰੋਸ ਹੋ ਰਹੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਬਹੁਤ ਗੰਭੀਰ ਸਿੱਟੇ ਨਿਕਲਣਗੇ ਮੈਂ ਇੰਨਾ ਹੀ ਕਹਾਂਗਾ ਅਸੀਂ ਜੀ ਸਟੇਟ ਨੂੰ ਸਾਰੀਆਂ ਪਾਰਟੀਜ਼ ਨੂੰ ਸਾਰੀ ਸਿਵਲ ਸੁਸਾਇਟੀ ਨੂੰ ਇਹ ਸਮਾਂ ਆ ਕਿ ਉਹ ਸੋਚਣ ਪਿੱਛੇ ਦੇ ਝਾਤ ਮਾਰਨ ਤੇ ਦੇਖਣ ਕਿ ਜਿਹੜਾ ਇਹ ਇਸ ਤਰ੍ਹਾਂ ਦਾ ਐਟੀਚਿਊਡ ਆ ਜਿਸ ਤਰ੍ਹਾਂ ਦਾ ਇਹ ਪੋਲੀਟੀਕਲ ਪਾਰਟੀ ਰਜਿੰਦਰ ਕੌਰ ਭੱਠਲ RSS ਵਾਲੇ ਤਾਂ ਆਹ ਬਲਵੀਰ ਪੁੰਜਾ ਇੱਕ ਪੈਟਰਨਲਿਸਟਿਕ ਐਟੀਚਿਊਡ ਤੇ ਇੱਕ ਅਸਿਮੀਲੇਸ਼ਨ ਵਾਲਾ ਐਟੀਚਿਊਡ ਜਜ਼ਬ ਕਰਨ ਵਾਲਾ ਉਹ ਬੰਦ ਕਰ ਅਸੀਂ ਇੱਕ ਸੋਵਰਨ ਨੇਸ਼ਨ ਆ ਇੱਕ ਯੂਨੀਕ ਰਿਲੀਜਨ ਆ ਅਸੀਂ ਕਿਸੇ ਦਾ ਹਿੱਸਾ ਨਹੀਂ ਉਹ ਆਪਣੇ ਤੱਕ ਸੀਮਤ ਰਹਿਣ ਅਸੀਂ ਕਦੀ ਕਿਹਾ ਕਿ ਉਹਨਾਂ ਦੇ ਕੌਣ ਸ਼ਹੀਦ ਆ ਉਹਨਾਂ ਨੂੰ ਕੀ ਹੱਕ ਬਣਦਾ ਕਿ ਇੱਥੇ ਪੰਜਾਬ ਆ ਕੇ ਸਾਨੂੰ ਸਾਡੇ ਇਤਿਹਾਸ ਬਾਰੇ ਸਾਡੇ ਸ਼ਹੀਦਾਂ ਬਾਰੇ ਸਾਡੇ ਜੈਵਕਾਰ ਸਾਡੇ ਸਾਨੂੰ ਰੋਜ਼ ਹੀ ਕੋਈ ਨਾ ਕੋਈ ਸਿੱਖਿਆ ਦੇਣ ਆ ਜਾਂਦਾ ਹੈ ਕਿ ਬਹੁਤ ਹੋ ਚੁੱਕਿਆ ਹੁਣ ਚੈਲੰਜ ਕਰ ਰਿਹਾ ਸਿੱਧੇ ਉੱਥੋਂ ਪੋਰਟਰੇਟ ਲਾਉਣ ਦੀ ਬੰਦ ਦੇਣ ਦੀ ਪੁਤਲੇ ਸਾੜਿਆ ਜੇ ਕਿ ਇੱਕ ਫੇਸ 'ਚ ਪੁਤਲਾ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਤੇ ਅਟੈਕ ਆ ਡਾਇਰੈਕਟ ਅਸੀਂ ਰਿਸੀਵ ਕਰ ਰਹੇ ਹਾਂ ਸਰਸੇ ਵਾਲੇ 'ਚ ਪਹਿਲਾਂ ਵੀ ਪਰ ਕਿੰਨਾ ਚਿਰ ਕੋਈ ਹੱਦ ਹੁੰਦੀ ਹੈ ਸਟੇਟ ਦੀ ਜ਼ਿਆਦਾ ਰਿਸਪੋਂਸੀਬਿਲਟੀ ਹੈ ਮੈਜੋਰਟੀ ਕਮਿਊਨਿਟੀ ਦੀ ਜ਼ਿਆਦਾ ਰਿਸਪੋਂਸੀਬਿਲਟੀ ਹੈ ਕਿ ਉਹ ਇਸ ਚੀਜ਼ ਨੂੰ ਸਮਝਣ ਤੇ ਬੰਦ ਕਰ ਕਿ ਤੱਕਿਆ ਨਾ ਜਾਵੇ ਬਹੁਤ ਤੱਕ ਤੁਹਾਡੇ ਮੁਤਾਬਕ ਤੁਸੀਂ ਉਸ ਵਿੱਚ ਲਿਆ ਸੀ ਕਿ ਪੰਜਾਬ ਅਲਾਰਮਿੰਗ ਪੋਜੀਸ਼ਨ 'ਚ ਆ ਗਿਆ ਜਦਕਿ ਬਾਦਲ ਨੇ ਕੱਲ੍ਹ ਕਿਹਾ ਗਿਆ ਕਿ ਤਸਵੀਰਾਂ ਨਾਲ ਕੋਈ ਇੱਦਾਂ ਦਾ ਖਤਰਨਾਕ ਪੋਜੀਸ਼ਨ ਨਹੀਂ ਹੈਗੀ ਨਹੀਂ ਅਸੀਂ ਉਸ ਚੀਜ਼ ਨੂੰ ਵੈਲਕਮ ਕੀਤਾ SGPC ਤੇ ਕਾਲ ਤੱਕ ਦੇ ਉਹ ਨੂੰ ਭਾਵੇਂ ਲੇਟ ਆ ਉਹ ਵੈਲਕਮ ਹੈ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਉਹਨਾਂ ਨੇ ਕੀਤਾ ਅਸੀਂ ਇਹ ਵੀ ਕਹਿੰਦੇ ਕਿ ਉਹ ਆਪਣੀ ਜਿਹੜੀ ਚੁੱਪ ਆ ਇਹਨਾਂ ਬਿਆਨਾਂ ਬਾਰੇ ਇਹ RSS BJP ਤੇ ਕਾਂਗਰਸ ਦੇ ਜੋ ਹਰ ਰੋਜ਼ ਜ਼ਹਿਰ ਉਗਲਿਆ ਜਾ ਰਿਹਾ ਜਾਂ 2-10 ਟ੍ਰਿਬਿਊਨ ਜੋ ਐਡੀਟੋਰੀਅਲ ਆਇਆ ਉਹ ਸਿੱਧਾ ਸਿੱਖਾਂ ਦੇ ਅਟੈਕ ਆ ਦੱਸੋ ਇੱਕ ਜ਼ਿੰਮੇਵਾਰ ਅਖਬਾਰ ਦੇ ਐਡੀਟਰ ਇਸ ਤਰ੍ਹਾਂ ਦੇ ਐਡੀਟੋਰੀਅਲ ਲਿਖਣੇ ਕਿਵੇਂ ਬਰਦਾਸ਼ਤ ਕੀਤੇ ਜਾ ਸਕਦੇ ਸਿੱਧਾ ਹੀ ਅਟੈਕ ਕਰ ਰਿਹਾ ਕਮਿਊਨਿਟੀ ਤੁਸੀਂ ਹੁਣ ਆਪਣੀ ਦੁਕਾਨਦਾਰੀ ਸ਼ੁਰੂ ਕਰਨ ਜਾ ਰਹੇ ਹੋ ਵਿਦੇਸ਼ਾਂ ਚੋਂ ਇਸ ਦੇ ਨਾਂ ਤੇ ਤੁਸੀਂ ਪੈਸਾ ਮੰਗਾਓਗੇ ਉਹਨੇ ਸਪੈਸੀਫਿਕਲੀ ਇਹ ਸ਼ਬਦ ਤੁਹਾਡੇ
ਤੁਹਾਡੇ ਤੇ ਮਾਨ ਸਾਹਿਬ ਦੋਵਾਂ ਲਈ ਇੱਕੋ ਸ਼ਬਦ ਵਰਤੇ ਤੇ ਇਹਦੇ ਬਾਰੇ ਵੀ ਹੁਣ ਨਾਲ ਦੀ ਨਾਲ ਸਪਸ਼ਟ। ਹਾਂਜੀ ਹਾਂਜੀ, ਇਹੋ ਜਿਹੇ ਸ਼ਬਦ ਇਹ ਆਮ ਵਰਤਦੇ ਰਹਿੰਦੇ ਆ। ਦੇਖੋ, ਇਹ ਸਾਡੇ ਧਰਮ ਦੀ, ਸਾਡੇ ਨੈਸ਼ਨਲ ਆਈਕਨਸ ਦੀ ਤੇ ਸਾਡੇ ਇਤਿਹਾਸ ਦੀ ਗੱਲ ਆ, ਤੇ ਕੋਈ ਦੁਕਾਨਦਾਰੀ ਵਾਲੀ ਗੱਲ ਨਹੀਂ। ਇਹ ਸਾਡੇ ਮਿਸ਼ਨ ਨੇ, ਸਾਡੇ ਆਦਰਸ਼ ਨੇ। ਦੁਕਾਨਦਾਰੀਆਂ ਇਹਨਾਂ ਦੀਆਂ ਨੇ, ਇਹਨਾਂ ਨੇ ਪੋਲਿਟਿਕਸ ਨੂੰ ਕਿੱਥੇ ਲਿਆਂਦਾ, ਆਮ ਬੰਦੇ ਨੂੰ ਬਾਹਰ ਕੱਢਤਾ, ਇੱਕ ਪਾਵਰ ਦੀ, ਇੱਕ ਪੈਸੇ ਦੀ, ਇੱਕ ਸਟੇਟਸ ਦੀ ਖੇਡ ਲਿਆ ਕੇ ਖੜਾ ਕਰ ਦਿੱਤਾ। ਇਹ ਉਹੀ ਪੱਠਲ ਲੱਗ ਨੀ ਜਿਹਨੇ ਬੇਅੰਤ ਸਿੰਘ ਨੂੰ ਕਿਹਾ, ਗੁਰੂ ਗੋਬਿੰਦ ਸਿੰਘ ਨਾਲ ਕੰਪੇਅਰ ਕੀਤਾ ਸੀ। ਇਹ ਪਾਵਰ ਵਾਲੇ ਕੁਛ ਵੀ ਕਰ ਸਕਦੇ ਆ, ਇਹ ਵੋਟ ਪੋਲਿਟਿਕਸ ਲਈ ਕੁਛ ਵੀ ਕਰ ਸਕਦੇ ਆ। ਇਹ ਸਰਸੇ ਵਾਲੇ ਦੀ ਡਿਫੈਂਡ ਕਰ ਰਹੀ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ, ਅੰਮ੍ਰਿਤ ਦਾ ਸਵਾਂਗ ਰਚਿਆ। ਇਹਨਾਂ ਤੇ ਕੀ ਆ, ਇਹ ਕੋਈ ਪ੍ਰਿੰਸੀਪਲ, ਕੋਈ ਮੁੱਦੇ ਵਾਲੀ ਕੋਈ ਸਿਆਸਤ ਹੈ? ਇਹ ਸਾਰੇ ਇੱਕ ਪਲੇਨ ਤੇ ਤਾਂ ਆ ਗਏ। ਇਹ ਤਾਂ ਇਹਨਾਂ ਨੂੰ ਕਿਸੇ ਹੋਰ ਕਿਤੇ ਕਹਿ ਦੇਵੇ ਤੁਹਾਨੂੰ ਪਾਵਰ ਮਿਲ ਜੇ ਤਾਂ ਕੱਲ ਨੂੰ ਪਾਕਿਸਤਾਨ ਜਾ ਕੇ ਉੱਥੇ ਦੇ ਇਸ਼ੂ ਇੰਡੀਆ ਵਿਰੁੱਧ ਬੋਲਣ ਲੱਪਣੀ ਇਹਨਾਂ ਦੇ। ਇਹ ਹੈਸੀਅਤ ਇਹਨਾਂ ਦੀ। ਬਿੱਟੂ ਜੀ, ਇਹੀ ਗੱਲ ਤੁਹਾਡੇ ਬਾਰੇ ਕਹੀ ਜਾ ਰਹੀ ਹੈ ਕਿ ਇਹ ਕਦੇ ਜਦੋਂ ਅਕਾਲੀ ਸਰਕਾਰ ਆਉਂਦੀ ਹੈ ਤੇ ਉਹਨਾਂ ਦੇ ਨਾਲ ਹੋ ਜਾਂਦੇ ਆ ਤੇ ਜਦੋਂ ਕਾਂਗਰਸ ਸਰਕਾਰ ਹੋਈ ਹੈ ਤੇ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਆ। ਬਿਲਕੁਲ ਨਹੀਂ, ਸਾਸੀ ਸਾਡਾ ਇੱਕ ਸਟੈਂਡ ਆ, ਕਦੀ ਵੀ ਅਸੀਂ ਇੱਧਰ ਉੱਧਰ ਨਹੀਂ ਹੋ, ਉਹੀ ਅਸੀਂ ਦੋਵਾਂ ਨੂੰ ਇੱਕੋ ਹੀ ਸਮਝਦੇ ਹਾਂ। ਅਕਾਲੀ ਜਾਂ ਕਾਂਗਰਸ ਜਾਂ ਬੀਜੇਪੀ, ਇਹ ਇੱਕ ਪਲੇਨ ਤੇ ਆ ਗਈ। ਇਹਨਾਂ ਦੀ ਕੋਈ ਪ੍ਰਿੰਸੀਪਲ, ਕੋਈ ਆਈਡਿਓਲੋਜੀਆਂ ਨਹੀਂ ਰਹਿ ਗਈਆਂ, ਸਿਰਫ ਪਾਵਰ ਦੀ ਗੇਮ ਆ, ਹੋਰ ਕੁਛ। ਅਸੀਂ ਬੜੀ ਵਾਰ ਸਦਾ ਸਪਸ਼ਟ ਕੀਤਾ ਹੈ। ਰਣਜੀਤ ਜੀ, ਹਾਂਜੀ, ਜਿਹੜਾ ਕਿ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਉਹਨੂੰ ਥੋੜਾ ਐਲੈਬੋਰੇਟ ਕਰ ਦਿਓ ਸਜ਼ਾਵਾਂ। ਦੇਖੋ ਜੀ, ਮੈਂ ਇਹ ਕਹਿ ਰਿਹਾ ਕਿ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਆ ਕਿਸੇ ਨੇਸ਼ਨ ਨੂੰ ਜਦੋਂ ਉਹ ਆਖਰੀ ਰਿਜ਼ੋਰਟ ਵੱਲ ਨੂੰ ਧੱਕਦਾ ਆ। ਕੋਈ ਵੀ ਬੰਦਾ, ਕੋਈ ਨੇਸ਼ਨ ਹਥਿਆਰ ਨਹੀਂ ਚੱਕਦਾ। ਉਹਨੂੰ ਪਤਾ ਹੁੰਦਾ, ਸਾਨੂੰ ਪਤਾ ਹਥਿਆਰ ਚੱਕਣ ਦਾ ਜਿਹੜਾ ਰਸਤਾ, ਕਿੰਨੀਆਂ ਪੀੜਾਂ ਵਿੱਚ ਲੰਘ ਕੇ ਜਾਂਦਾ, ਉਹ 'ਚ ਕੀ ਸਾਰੇ ਦੁਖਾਂਤ ਹੁੰਦੇ ਆ। ਇਹ ਸਟੇਟ ਦੀ ਮੈਜੋਰਟੀ ਸਾਰਿਆਂ ਦੀ ਫਰਜ਼ ਬਣਦਾ ਕਿ ਤੁਸੀਂ ਉਹ ਧੱਕੀ ਜਾਓਗੇ। ਜਦੋਂ ਸਰਸੇ ਵਾਲਾ ਇਸ਼ੂ ਆ, ਉਹਨੂੰ ਕੋਈ ਨਹੀਂ ਫੜ ਰਿਹਾ, ਨਾ ਕੋਈ ਹਾਈ ਕੋਰਟ, ਉਹਦੇ ਜੈਡ ਸਿਕਿਉਰਟੀ ਆ, ਉਹ ਐਡੇ ਸੀਰੀਅਸ ਕੇਸ ਆ। ਇੱਥੇ ਹੁਣ ਤੁਸੀਂ ਸੰਤ ਜੋ ਸਾਡੇ ਨੈਸ਼ਨਲ ਹੀਰੋ ਆ, ਅੱਜ ਦੇ ਤੁਸੀਂ ਨੌਜਵਾਨਾਂ ਦੇ ਮੋਬਾਈਲ ਦੇਖ ਲਓ, ਉਹਨਾਂ 'ਚ ਕਿਹੜੀਆਂ ਟੂਨਾਂ ਹੋਣਗੀਆਂ, ਕਿਸੇ ਵੱਡੇ ਕਾਨਫਰੰਸ ਦੇਖ ਲਓ, ਸੰਤਾਂ ਦਾ ਪੋਰਟਰੇਟ ਰੱਖ ਲਓ, ਪਵਾ ਲੱਖ ਰੱਖ ਦਿਓ, ਸਾਰਾ ਵਿਕ ਜਾਂਦਾ। ਇਹ ਤਾਂ ਸਮਝਣਾ ਚਾਹੀਦਾ ਉਹ ਸਾਡੇ ਲਈ ਕੀ ਮੀਨਿੰਗ ਕਰਦੇ ਆ। ਤੁਸੀਂ ਭਾਵਾਂ ਨੂੰ ਜੋ ਮਰਜ਼ੀ ਸਮਝਣ, ਜੇ ਉਹਨਾਂ ਨੂੰ ਤੁਸੀਂ ਵਾਰ ਵਾਰ ਉਹਨਾਂ ਨੂੰ ਹਿਊਮੀਲੀਏਟ ਕੀਤਾ ਜਾਏਗਾ, ਉਹਨਾਂ ਨੂੰ ਧੱਕਿਆ ਜਾਏਗਾ, ਫਿਰ ਹੋਰ ਰਾਹ ਕਿਹੜਾ ਰਹਿ ਜਾਂਦਾ? ਸਟੇਟ ਉੱਧਰ ਨੂੰ ਧੱਕ ਰਹੀ, ਅਸੀਂ ਨਹੀਂ ਚਾਹੁੰਦੇ। ਇਸ ਕਰਕੇ ਸਟੇਟ ਰਹਿੰਦੇ ਸਮੇਂ ਤੱਕ ਸਮਝੇ ਰਹੇ, ਜਦੋਂ ਸਮਾਂ ਹੈਗਾ। ਜੇ ਹੁਣ ਸਾਡੇ ਆ ਕੇ ਕੋਈ ਸਾਡੀ ਦਾੜੀ ਪੱਟੇਗਾ, ਸਾਡੀ ਪੱਗ ਲਾਏਗਾ, ਹੁਣ ਗੱਲ ਕਰ ਰਹੇ ਆ ਕਿ ਦਰਬਾਰ ਸਾਹਿਬ 'ਚ ਜਾ ਕੇ ਪੋਰਟਰੇਟ ਲਾਉਣਗੇ, ਇਹ ਤਾਂ ਬਹੁਤ ਸੀਰੀਅਸ ਗੱਲ ਹੈ, ਤਾਂ ਅਟੈਕ ਹੈ ਸਾਰੇ ਸਾਡੇ ਟਰੈਡੀਸ਼ਨ ਤੇ, ਸਾਡੇ ਕਲਚਰ ਤੇ, ਸਾਡੇ ਰਿਲੀਜ਼ਨ ਤੇ ਡਾਇਰੈਕਟ ਅਟੈਕ ਹੈ। ਇਹ ਤੋਂ ਵੱਡਾ ਹੁਣ ਕਿਹੜਾ ਅਟੈਕ ਰਹਿ ਗਿਆ? ਇਹ ਅਸੀਂ ਇਜਾਜ਼ਤ ਦੇਵਾਂਗੇ ਕਿਸੇ ਨੂੰ? ਭਾਵਨਾਵਾਂ ਸਾਡੀ ਸਾਰੇ ਫੇਥ ਨਾਲ ਹੋ ਰਹੀ, ਉਹਦੀ ਆਪਾਂ ਕੋਈ ਗੱਲ ਨੀ ਕਰਦੇ। ਸਟ੍ਰੈਟਜਿਕ ਤੌਰ ਤੇ ਡੈਮੋਕ੍ਰੇਟਿਕ ਪੋਲਿਟੀ ਨੂੰ ਸਟ੍ਰੈਟਜੀ ਦੇ ਤੌਰ ਤੇ ਅਪਣਾਇਆ ਜਾਂ ਇੱਕ ਡਿਪਲੋਮੈਟਿਕ ਸਾਈਡ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ, ਦੋਨੋਂ ਪਹਿਲੂ ਨਾਲ ਨਾਲ ਚੱਲ ਸਕਦੇ? ਨਹੀਂ ਜੀ, ਅਸੀਂ ਬਿਲਕੁਲ ਬਿਲਕੁਲ ਕਲੀਅਰ ਆ, ਡੈਮੋਕ੍ਰੈਟਿਕ ਐਂਡ ਪੀਸਫੁਲ ਅਸੀਂ, ਸਾਡੇ ਕੌਨਸਟੀਟਿਊਸ਼ਨ ਦੀ ਅਸੀਂ ਬੜੀ ਵਾਰ ਕਲੀਅਰ ਕਰ ਚੁੱਕੇ ਹਾਂ, ਪਰ ਆਹ ਗੱਲਾਂ ਤੁਸੀਂ ਵੀ ਸਮਝੋ ਕਿ ਇੰਨੀਆਂ ਜ਼ਿਆਦੀਆਂ ਜਿਹੜੀਆਂ ਹੱਦਾਂ ਕਰੋਸ ਆ, ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਇਹ ਨਹੀਂ ਮੇਰੇ ਕਹਿਣ ਦੇ ਕਿਸੇ ਦਾ ਕੋਈ ਫਰਕ ਨਹੀਂ ਪੈਂਦਾ, ਕੋਈ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੇ, ਹੋਣਗੀਆਂ ਨਹੀਂ ਬਰਦਾਸ਼ਤ। ਜਿਹੜੇ ਤੁਸੀਂ ਗੱਲ ਕਹੀ ਹੈ ਨਾ, ਹੁਣ ਜਦੋਂ ਇੰਦਰਾ ਨੂੰ ਕੋਈ ਸਜ਼ਾ ਨਹੀਂ ਸੀ ਦੇ ਸਕਦਾ, ਇਹਨੇ ਨਾ ਤਾਂ ਭਾਈ ਦਲਜੀਤ ਸਿੰਘ ਨੂੰ ਸਜ਼ਾ ਦਿੱਤੀ ਹੈ ਤੇ ਨਾ ਹੀ ਕਿਸੇ ਹੋਰ ਜਥੇਬੰਦੀ ਨੇ ਦਿੱਤੀ ਹੈ, ਤਾਂ ਉਹਦੇ ਬੋਡੀਗਾਰਡ ਨੇ ਸਜ਼ਾ ਦਿੱਤੀ ਹੈ ਕਿਉਂਕਿ ਸਿੱਖ ਭਾਵਨਾਵਾਂ ਨੂੰ ਠੇਸ ਲੱਗੀ। ਈਵਨ ਉਹਦੇ ਬੋਡੀਗਾਰਡ ਨੇ ਰਿਸਪੇਅਰ ਨਹੀਂ ਕੀਤਾ। ਕਹਿਣ ਤੋਂ ਭਾਵ ਹੈ ਵੀ ਕਿਸੇ ਨੇ ਕੋਈ ਨਾਮਜ਼ਦ ਥੋੜ੍ਹਾ ਕਰ ਸਕਦਾ ਕਿਹਨੇ ਸਜ਼ਾ ਦੇਣੀ ਹੈ। ਜੇ ਤੁਸੀਂ ਕਿਸੇ ਕੌਮ ਦੇ ਜਜ਼ਬਾਤ ਭੜਕਾਓਗੇ, ਧਾਰਮਿਕ ਉਹਦੀਆਂ ਜਿਹੜੀਆਂ ਫੀਲਿੰਗ ਨੂੰ ਇੰਜਰ ਕਰੋਗੇ, ਉਹਦਾ ਰਿਜ਼ਲਟ ਤਾਂ ਉਹੀ ਹੋਣੇ। ਸਿੱਖਾਂ ਨੂੰ ਤੇ ਹੋਰਾਂ ਨੂੰ ਆਰਗੇਨਾਈਜ਼ ਕਰਾਂਗੇ, ਦੁਨੀਆਂ ਨੂੰ ਦਿਖਾਵਾਂਗੇ ਕਰ ਰਹੇ ਆ, ਕਰਾਂਗੇ। ਪਰ ਆਹ ਵੀ ਗੱਲਾਂ ਤਾਂ ਕਲੀਅਰ ਹੋਣੀਆਂ ਚਾਹੀਦੀਆਂ ਕਿ ਨਹੀਂ, ਕੋਈ ਹੱਦ ਹੁੰਦੀ ਆ ਤਾਂ ਸਟੇਟ ਇੱਕ ਮਾਮੂ ਬੈਠੇ ਉੱਤੇ ਦੇਖੀ ਜਾ ਰਹੇ ਹੋਣ ਦੇ ਰਿਹਾ ਸਭ ਕੁਛ, ਉਹ ਰਹਿੰਦੇ ਸਮੇਂ ਚੈੱਕ ਹੋ ਜਾਣ। ਜਦੋਂ ਗੋਲਡਨ ਟੈਂਪਲ ਤੇ ਅਟੈਕ ਹੋਇਆ
ਤਾਂ ਬੀਬੀਸੀ ਤੋਂ ਮੈਂ ਰੇਡੀਓ ਤੇ ਆਪ ਸੁਣਿਆ ਓਲਡ ਐਰ ਦੀ ਪੋਤੀ ਨੂੰ ਪੁੱਛਿਆ ਗਿਆ ਵੀ ਤੁਸੀਂ ਕੀ ਫੀਲ ਕਰ ਰਹੇ। ਉਹ ਕਹਿੰਦੇ ਵੀ ਸਿੱਖ ਬੜੀ ਬਹਾਦਰ ਕੌਮ ਆ, ਇਹ ਜ਼ਰੂਰ ਬਦਲਾ ਲਊਗੀ। ਇੰਦਰਾ ਗਾਂਧੀ ਨੇ ਡੈਥ ਫਰੰਟ ਤੇ ਦਸਤਖਤ ਕਰ ਲਏ, ਉਹਨੂੰ ਉੱਥੇ ਬੈਠੀ ਨੂੰ ਪਤਾ, ਇੰਗਲੈਂਡ ਚ ਉਹਦੀ ਪੋਤੀ ਨੂੰ ਪਤਾ, ਤੇ ਦਲਜੀਤ ਸਿੰਘ ਇੱਥੇ ਰਹਿੰਦਾ ਹੋਇਆ ਵਿਚਰਦਾ ਹੋਇਆ ਜਿਹਨੇ ਸਟੇਟ ਦੇ ਤਸ਼ੱਦਦ ਦੇ ਖਿਲਾਫ਼ ਆਪਦੇ ਹਥਿਆਰ ਚੁੱਕੇ ਆ, ਉਹਨੂੰ ਨੀ ਪਤਾ ਲੱਗ ਸਕਦਾ ਵੀ ਜਿਹੜਾ ਕੋਈ ਸਾਡੇ ਨਾਲ ਧੱਕਾ ਕਰੂਗਾ ਸਾਨੂੰ ਇਨਸਾਫ਼ ਨੀ ਦਊਗਾ। ਜੇ ਸਟੇਟ ਇਨਸਾਫ਼ ਨੀ ਦਿੰਦੀ ਤਾਂ ਹੋਰ ਕੀ ਰਹਿ ਜਾਂਦਾ।